ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਦੇ ਘਰੇ ਪਿਆ ਮਾਤਮ ਤਾਜ਼ਾ ਵਰਦੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਅੱਜ ਤੋਂ ਆ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਹੁਣ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਦੇ ਘਰੇ ਮਾਤਮ ਪਿਆ ਪ੍ਰਾਪਤ ਜਾਣਕਾਰੀ ਅਨੁਸਾਰ ਦੂਦਾਈ ਖਬਰ ਮਲੇਰਕੋਟਲਾ ਤੋਂ ਸਾਹਮਣੇ ਜਿੱਤੇ ਸ਼ਰਮਣਿਕਾ ਇਲਦਲ ਦੇ ਵੀ ਸ਼ਾਮਲ ਹੋਣ ਵਾਲੇ ਮਲੇਰਕੋਟਲਾ ਦੇ ਪਹਿਲੇ ਮੁਸਲਿਮ ਕੈਬਨਿਟ ਮੰਤਰੀ ਰਹੇ Nusrat Ali Khan ਬੱਗਾ ਦੇ ਘਰ ਵਿੱਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਚਾਨਕੋਨਨਦੀ ਪਤਨੀ ਦਾ ਦਿਹਾਂਤ ਹੋ ਗਿਆ ਜਿੱਥੇ ਉਹਨਾਂ ਦੀ ਪਤਨੀ ਬੀਬੀ ਖਾਬਰ Nusrat ਦੇ ਦਿਹਾਂਤ ਦੀ ਖਬਰ ਸੋੰਦੇਈ ਵਾਕ-ਵਾਕ ਰਾਜਨੀਤਿਕ ਸਖਸ਼ੀਤਾ ਵੱਲੋਂ ਉਨ੍ਹਾਂ ਦੇ ਪਰਿਵਾਰ ਨੇ ਗਹਿਰੀ ਹਮਦਰਦੀ ਜ਼ਾਹਰ ਕੀਤੀ ਗਈ ਹੈ ਜੋ ਆਪਣੇ ਘਰ ਆਪਣੇ ਪਰਿਵਾਰ ਵਿੱਚ ਪਿੱਛੇ ਇੱਕ ਬੇਟੀ ਤੇ ਦੋ ਬੇਟੀਆਂ ਨੂੰ ਛੱਡ ਗਈ ਜਿੰਨਾਂ ਵਿੱਚੋਂ ਇੱਕ ਬੇਟੀ ਅਤੇ ਬੇਟੇ ਦੀ ਸ਼ਾਦੀ ਹੋ ਚੁੱਕੀ ਹੈ ਸਾਬਕਾ ਮੁਸਲਿਮ ਕੈਬਨਿਟ ਮੰਤਰੀ ਜਨਾਬ Nusrat Ali Khan ਬਗਾਮਲੇਟ ਕੋਟਲਾ ਤੋਂ ਹਾਲਕਾ ਇੰਚਾਰਜ ਵੀ ਰਹਿ ਚੁੱਕੇ ਹਨ ਸ਼੍ਰੋਮਣੀ ਗਾਇਲ ਲਲ ਦੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਮੌਕੇ ਤੇ ਸ਼੍ਰੋਮਣੀ ਗਾਇਲ ਲਲ ਵਿੱਚ ਸ਼ਾਮਲ ਹੋਏ ਉਨ੍ਹਾਂ ਦੀ ਪਤਨੀ ਦਾ ਅੰਤਿਮ ਸੰਸਕਾਰ ਰਾਤ 10:30 ਵਜੇ ਕੀਤਾ ਗਿਆ ਗਿਆ ਹੈ ਜਿੱਥੇ ਬੀਬੀ ਖਾਬਲ ਨੂੰ ਲੁਧਿਆਣਾ ਬਾਈਪਾਸ ਕਬਰਸਤਾਨ ਵਿੱਚ ਸੁਪਰਦ ਏ ਖਾਕ ਰਾਤ 10:30 ਵਜੇ ਨਮਾਜ਼ ਦੇ ਜਨਾਜ਼ਾ ਤੋਂ ਬਾਅਦ ਕੀਤਾ ਜਾਏਗਾ ਮਲੇਰ ਕੋਟਲਾ ਸ਼ਹਿਰ ਦੀਆਂ ਵਕਵਾ ਖੇਤਰਾਂ ਦੇ ਸੁਖਸ਼ੀਤਾ ਵੱਲੋਂ ਉਹਨਾਂ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ ਗਈ ਹੈ ਖਬਰ ਲਾ ਸਕਦੇ ਖਲੇ ਤੁਹਾਡਾ ਬਹੁਤ ਬਹੁਤ ਧੰਨਵਾਦ